ਦੇਖੋ ਜੇ ਨਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਅਮਰ ਸਾਹਿਬ ਜੀ ਪਹਿਲਾਂ ईसीएचएस स्कीम ਅਧੀਨ ਘੁਟਾਲੇ ਦੇ ਮਾਮਲੇ ਸਾਹਮਣੇ ਆ ਰਹੇ ਸੀ ਤਾਂ ਹੁਣ ਇੱਕ ਹੋਰ ਨਵੀਂ ਜਿਹੜੀ ਸਿਹਤ ਬੀਮਾ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਵੀ ਹੁਣ ਕੁਝ ਨਾ ਕੁਝ ਘੁਟਾਲੇ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਸੁਰੇਸ਼ ਸ਼ਰਮਾ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਸੁਰੇਸ਼ ਜੀ ਜਿਹੜੀ ਸਰਬਤ ਬੀਮਾ ਯੋਜਨਾ ਦੇ ਤਹਿਤ ਵੀ ਕਹਿੰਦੇ ਬਿਓ ਘੁਟਾਲੇ ਸਾਹਮਣੇ ਆ ਰਹੇ ਨੇ ਕੀ ਨੇ ਦੇਖੋ ਭਾਰਤ ਸਰਕਾਰ ਵੱਲੋਂ ਅ ਜਿਹੜੀ ਸਕੀਮ ਲਾਂਚ ਕੀਤੀ ਗਈ ਉਹਨੂੰ ਪੰਜਾਬ ਸਰਕਾਰ ਵੱਲੋਂ ਸਰਬੱਤ ਸੇਤ ਜੀਵਨ ਜੋਧਰਾ ਤਹਿਤ ਗਰੀਬ ਲੋਕਾਂ ਨੂੰ ਕਾਰ ਬਣਾ ਕੇ ਦਿੱਤੇ ਗਏ ਸੀ 5 ਲੱਖ ਤੱਕ ਦੇ ਇਲਾਜ ਕਰਨ ਵਾਸਤੇ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਨਾਮੀ ਹਸਪਤਾਲਾਂ ਵੱਲੋਂ ਜੋ ਇਸ ਜੋ ਜਿਹੜਾ ਦੀਨ ਹਾਸਲ ਕੀਤੇ ਕਲੇਮਾਂ ਦੇ ਫਾਂਡਾਂ ਬਾਰੇ ਜਿਹੜਾ ਨਾ ਉਹ ਮੈਂ ਜਾਂਚ ਦੀ ਮੰਗ ਕਰ ਰਿਹਾ ਮੇਰੀ ਪਾਰਟੀ ਉਹਦੀ ਜਾਂਚਾਂ ਦੀ ਮੰਗ ਕਰਦੀ ਮੈਂ ਆਰਟੀਆਈ ਰਹੀਂ ਸਬੂਤ ਵੀ ਮੰਗਾਏ ਆ ਔਰ ਇਹਨਾਂ ਅਧ ਪਚਦੀ ਜਾਣਕਾਰੀ ਦਿੱਤੀ ਕੁਝ ਲੁਕਾ ਕੇ ਇਹ ਘਪਲੇ ਬਾਜੀ ਕਰਕੇ ਔਰ ਜੋ ਜਾਣਕਾਰੀ ਦਿੱਤੀ ਉਹ ਵੇਖ ਕੇ ਮੈਂ ਕਾਫੀ ਹੈਰਾਨ ਆ ਵੀ ਅੰਬਰਸਰ ਦੇ 40 ਹਸਪੀਟਲ ਨਾਮ ਵੀ 40 ਹਸਪੀਟਲ ਹੈ ਜਿਹੜੇ ਰਜਿਸਟਰ ਹੈ ਔਰ ਉਹਨਾਂ ਨੇ ਕਲੇਮ ਹਜ਼ਾਰਾਂ ਦੇ ਤਜਾਜ ਸੈਂਕੜੇ ਤਜਾਜ ਕੇਸ ਜਿਹੜੇ ਕਲੇਮ ਕੀਤੇ ਨੇ ਔਰ ਉਹਨਾਂ ਵਿੱਚ ਸੈਂਕੜੇ ਹੀ ਕੇਸ ਜਿਹੜੇ ਉਹ ਫੇਲ ਵੀ ਹੋਏ ਨੇ ਮੈਂ ਕਿ ਪਾਸ ਨਹੀਂ ਕੀਤੇ ਗਏ ਜਾਂਚ ਦਾ ਵੀ ਸਵਾਲ ਵੀ ਜਿਹੜੇ ਪਾਸ ਕੀਤੇ ਗਏ ਉਹ ਕਿਸ ਤਰ੍ਹਾਂ ਕੀਤੇ ਗਏ ਔਰ ਜਿਹੜੇ ਨਹੀਂ ਪਾਸ ਹੋਏ ਉਹਨਾਂ ਦਾ ਕਾਰਨ ਦੱਸਿਆ ਜੇ ਕਿਸ ਤਰ੍ਹਾਂ ਕਿਉਂ ਪਾਸ ਨਹੀਂ ਇਹ ਇੱਕ ਇੱਕ ਦੋ ਦੋ ਕੇਸਾਂ ਵਾਲੇ ਜਿਹੜੇ ਉਹ ਜਿਵੇਂ ਮੰਨੂ ਹਸਪੀਟਲ ਅਰੋੜਾ ਹਸਪੀਟਲ ਮੰਨੂ ਅਰੋੜਾ ਹਸਪੀਟਲ ਆ ਉਹ ਇੱਕ ਕੇਸ ਦੇ ਕਰਕੇ ਉੱਤੇ ਇੰਨੇ ਹਾਲਤੋਬਾ ਬਚਾਈ ਐ ਸੰਧੂ ਕੇਰ ਆ ਉਹ ਜਿਹੜੇ ਵੱਡੇ ਮਗਰਮਾਸਿਆ ਵੱਡੇ ਹਸਪੀਟਲ ਆ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਇਆ ਯਾਰ ਔਰ ਦੂਜਾ ਜਿਹੜੇ ਸਬੰਧ ਵਿਭਾਗ ਆ ਲੈ ਆ ਜਿਵੇਂ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਆ ਅੰਮ੍ਰਿਤਸਰ ਚ ਉਹ ਔਰ ਉੱਤੇ ਆਈਏ ਐਸ ਅਫਸਰ ਅਮਿਤ ਕੁਮਾਰ ਜੀ ਬੈਠੇ ਨੇ ਚੰਡੀਗੜ੍ਹ ਸਬੰਧਿਤ ਆ ਉਹ ਤੇ ਕੋਈ ਨਹੀਂ ਬੋਲ ਰੇ ਉਹ ਇਸ ਕੋਲ ਕੋਈ ਨਹੀਂ ਕਰੇ ਬਗ ਆਪਣੇ ਸਿਹਤ ਅਧਿਕਾਰੀ ਜਿਹੜੇ ਸਾਡੇ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਉਹ ਜਿਹੜੇ ਉਹ ਹਸਪਤਾਲਾਂ ਤੋਂ ਬਿਆਨ ਦੇ ਰਹੇ ਜਦੋਂ ਕਿ ਉਹਨਾਂ ਕੋਲ ਪ੍ਰੂਫ ਵੀ ਨਹੀਂ ਹੈਗਾ ਤੱਥੋਂ ਨਹੀਂ ਹੈਗਾ ਉਹਨਾਂ ਕੋਲ ਰਿਕਾਰਡ ਹੀ ਨਹੀਂ ਹੈਗਾ ਜਿਹੜਾ ਕੇਸ ਜਾਂਦਾ ਚੰਡੀਗੜ੍ਹ ਜਾਂਦਾ ਹੈ ਔਰ ਰਿਜੈਕਟ ਵੀ ਹੁੰਦਾ ਚੰਡੀਗੜ੍ਹ ਹੁੰਦਾ ਹੈ ਇਸ ਕਰਕੇ ਮੇਰੀ ਅੱਜ ਪਾਰਟੀ ਵੱਲ ਮੰਗਿਆ ਵੀ ਇਸ ਦੀ ਜਿਹੜੀ ਮੈਂ ਬਕਾਇਦਾ ਤੁਹਾਨੂੰ ਲਿਸਟਿਕ ਦੇ ਰਿਹਾ ਹਸਪਤਾਲਾਂ ਦੀ ਔਰ ਗਿਣਤੀ ਵੀ ਦੇ ਰਿਹਾ ਕਿੰਨੇ ਕੇਸ ਉਹਨਾਂ ਨੇ ਪਾਏ ਆ ਕਿੰਨੇ ਉਹਨਾਂ ਦਾ ਪਾਸ ਹੋ ਗਿਆ ਕਿੰਨੇ ਰਿਜੈਕਟ ਹੋ ਗਿਆ ਉਹ ਪੂਰੇ ਮਾਜਾਟੇ ਦੀ ਜਾਣਕਾਰੀ ਲੈ ਕੇ ਤੇ ਉਹ ਤੁਹਾਨੂੰ ਦੇ ਰਿਹਾ ਔਰ ਗਾਂ ਇਹੋ ਜਾਂਚ ਦਾ ਵਿਸ਼ਾ ਵੀ ਜਿਹੜੇ ਫੇਲ ਹੋਏ ਆ ਉਹ ਕਿਉਂ ਕਾਰਨਾ ਕਰਕੇ ਹੋਏ ਜਿਹੜੇ ਪਾਸ ਹੋਏ ਕੀ ਉਹ ਸਹੀ ਹੋਏ ਆ ਇਹਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਆਉਣ ਵਾਲੇ ਟਾਈਮ 'ਚ ਬਾਕੀ ਦੀ ਜਾਣਕਾਰੀ ਜਿਵੇਂ ਮਿਲੇਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਅੰਮ੍ਰਿਤਸਰ ਵਿੱਚ ਕਿੰਨੇ ਹਸਪਤਾਲ ਨੇ ਜਿਹੜੇ ਇਸ ਸੇਲ ਬੀਮਾ ਯੋਜਨਾ ਦੇ ਤਹਿਤ ਜਿਹੜੇ ਨੇ ਇੰਪੈਨਲਡ 40 ਦੇ ਕਰੀਬ ਕੇਸ ਨਿਮਕ 40 ਤੋਂ ਵਾਧੇ ਹੋਣਗੇ ਜਿਹੜੇ ਹਸਪਤਾਲ ਉਹਦੇ ਨਾਲ ਜਿਹਦੀ ਮੈਂ ਲਿਸਟ ਤੁਹਾਨੂੰ ਦੇ ਰਿਆ ਨਾਲ ਕੀ ਇਸ ਵਿੱਚ ਸਮਝ ਬਈ ਕੋਈ ਅਧਿਕਾਰੀ ਵੀ ਇਸ ਵਿੱਚ ਜ਼ਿੰਮੇਵਾਰ ਨੇ ਨਾਲ ਬਿਲਕੁਲ ਜੀ ਅਧਿਕਾਰੀਆਂ ਤੋਂ ਮਿਲੀ ਭੁਗਤੋਂ ਬਿਨਾਂ ਤੇ ਕੰਮ ਹੋ ਹੀ ਨਹੀਂ ਸਕਦਾ ਤੁਹਾਨੂੰ ਪਤਾ ਹੈ ਕਿ ਹਸਪਤਾਲ ਵਾਲੇ ਕਰਦੇ ਆ ਤੇ ਨਾਲ ਅਧਿਕਾਰੀ ਵੀ ਇਥੋਂ ਦੇ ਰਲੇ ਹੋਣਗੇ ਕਿਉਂ ਨਾ ਰਲੇ ਹੋਣ ਇਸ ਕਰਕੇ ਜਾਂਚ ਤਾਂ ਵੀ ਜਿਹੜਾ ਅਧਿਕਾਰੀ ਵੀ ਦੋਚੀ ਆ ਉਹਤੇ ਵੀ ਕਾਰਵਾਈ ਕੀਤੀ ਜੇ ਔਰ ਜਿਹੜਾ ਹਸਪਤਾਲ ਗਲਤ ਕੰਮ ਕਰਿਆ ਉਹਤੇ ਕਾਰਵਾਈ ਕੀਤੀ ਪਿੱਛੇ ਜੀ ਕੁਝ 4-5 ਹਸਪਤਾਲ ਤੇ ਇਹਨਾਂ ਨੇ ਕਾਰਵਾਈ ਕੀਤੀ ਹੈ ਉਹਨੂੰ ਕਿਸ ਨੇ ਦੇਖਦੇ ਉਹਦੀ ਮੈਂ ਤੁਹਾਨੂੰ ਐਫਆਈਆਰ ਦਿਖਾ ਰਿਹਾ ਉਹ ਐਫਆਈਆਰ ਜਿਹੜੀ ਉਹ 100 ਤੇ 84 ਨੰਬਰ ਐਫਆਈਆਰ ਉਹਦੇ ਵਿੱਚ ਜੁਰਮ ਅਧੀਨ ਜਿਹੜਾ 420 465 467 468 471 120 20 ਧਰਾਵਾਂ ਦਾ ਮਕਦਮਾ ਜਿਹੜਾ 2 10 20 ਨੂੰ ਦਰਜ ਕੀਤਾ ਗਿਆ ਉਹਦੇ ਵਿੱਚ ਹਸਪੀਟਲ ਲਾਈਫ ਕੇਅਰ ਗੁਪਤਾ ਹਸਪੀਟਲ ਨੀਲਕੰਠਾ ਹਸਪਤਾਲ ਮਦਾਨਾ ਹਸਪੀਟਲ ਇਹਨਾਂ ਤੋਂ ਹੋਇਆ ਇਹ ਘਟਾਲਾ ਈਸੀਐਚਐਸ ਅਧੀਨ ਹੋਇਆ ਹੈ ਔਰ ਉਹਦੀ ਵੀ ਜਾਂਚ ਆ ਰਹੀ ਹੈ ਔਰ ਹੁਣ ਇਹ ਉਤੋਂ ਹੀ ਵੱਡਾ ਕਪੜਾ ਨਿਕਲੇਗਾ ਲੇਕਿਨ ਇਹਨਾਂ ਅਧੂਰੀ ਜਾਣਕਾਰੀ ਦਿੱਤੀ ਹੈ ਬਾਕੀ ਦੀ ਜਾਣਕਾਰੀ ਇਹਦੇ ਵਿੱਚ ਕੋੜਾ ਪੇਦਾ ਕਪੜਾ ਨਿਕਲੇਗਾ ਇਹ ਤੱਥਾਂ ਦੇ ਆਧਾਰ ਤੇ ਆਪਾਂ ਗੱਲ ਕਰਾਂਗੇ ਫਿਲਹਾਲ ਮੈਂ ਜਾਣਕਾਰੀ ਦਿੱਤੀ ਹੈ ਵੀ ਅੰਮ੍ਰਿਤਸਰ ਦੇ 40 ਹਸਪਤਾਲ ਕਿੰਨੇ ਉਹਨਾਂ ਦੇ ਕੇਸ ਪਾਏ ਆ ਕਿੰਨੇ ਉਹਨਾਂ ਦੇ ਫੇਲ ਹੋ ਗਏ ਕਿੰਨੇ ਪਾਸ ਹੋ ਗਏ ਉਹਨਾਂ ਦਾ ਮੈਂ ਹਸਬਕ ਤਾ ਤੁਹਾਨੂੰ ਦੇ ਰਿਹਾ ਥੋੜੇ ਵਿਸਤਾਰ ਚ ਦੱਸੋ ਵੀ ਕਲੇਮ ਕਿਸ ਨਾਲ ਲੈਂਦੇ ਨੇ ਕਿਸ ਨਾਲ ਮਰੀਜ਼ ਨੂੰ ਦਾਖਲ ਕੀਤਾ ਜਾਂਦਾ ਹੈ ਉਹ ਮਰੀਜ਼ ਕਿਹੜੇ ਹੁੰਦੇ ਨੇ ਔਰ ਸਰਕਾਰ ਵੱਲੋਂ ਇੱਕ ਬੀਮਾ ਯੋਜਨਾ ਤਹਿ ਕਰਕੇ ਗਰੀਬ ਲੋਕਾਂ ਨੂੰ ਇਹ 5 ਲੱਖ ਰੁਪਏ ਦਾ ਇਲਾਜ ਸਬੰਧਤ ਹਸਪਤਾਲਾਂ ਕਿਤੇ ਵੀ ਜਾ ਕੇ ਕਰਾ ਸਕਦੇ ਨੇ ਮਰੀਜ਼ ਆਉਂਦਾ ਆ ਉਹਦੀ ਉਹ ਕਾਰ ਨੂੰ ਕਰਕੇ ਵੈਰੀਫਾਈ ਕਰਕੇ ਚੰਡੀਗੜ੍ਹ ਭੇਜ ਦਿੰਦੇ ਆ ਔਰ ਉਹਨਾਂ ਦਾ ਲਾਜ ਸ਼ੁਰੂ ਕਰ ਦਿੰਦੇ ਆ ਔਰ ਉਹਦੇ ਵਿੱਚ ਲਾਜ ਹੁਣ 10000 ਦਾ ਆ 50000 ਹੋਇਆ ਜਾਂ 5 ਲੱਖ ਦਾ ਆ ਇਹਦੀ ਜਾਣਕਾਰੀ ਆਉਂਤੇ ਫਿਰ ਮੈਂ ਡਿਸਕਸ ਕਰਾਂਗਾ ਲੇਕਿਨ ਉਹਦੇ ਵਿੱਚ ਕੇਸ ਕਿੰਨੇ ਪਾਏ ਉਹਨਾਂ ਦੀ ਮੈਂ ਤੁਹਾਨੂੰ ਦੱਸਿਆ ਪੈ ਗਏ ਈ ਐਮ ਸੀਓ ਹਸਪੀਟਲ ਨੇ 90 ਕੇਸ ਪਾਏ ਸੀ ਚਾਰ ਉਹਨਾਂ ਦੇ ਪਾਸ ਹੋਏ ਕਲੇਮ 86 ਕੇ ਜਿਹੜੇ ਉਹਨਾਂ ਨੇ ਖਾਰਜ ਕੀਤੇ ਕਲੇਮਾਂ ਦੇ ਇਸੇ ਤਰ੍ਹਾਂ ਸੁਵਿਚੋ ਹਸਪੀਟਲ ਕਿ ਸ਼ੋਟਾ ਮੀਠਾ ਰੋਡ ਤੇ ਹਸਪੀਟਲ ਆ ਉਹਨੇ 2050 ਕੇਸ ਫਾਇਲ ਕੀਤੇ ਆ 1641 ਉਹਦੇ ਪਾਸ ਹੋਏ ਆ 409 ਕੇਸ ਜਿਹੜੇ ਉਹਦੇ ਕਲੇਮ ਜਿਹੜੇ ਰਿਜੈਕਟ ਹੋਏ ਇਸੇ ਤਰ੍ਹਾਂ ਅੱਗੇ ਆਜੋ ਆਈ ਵੀ ਵਾਈ ਹਸਪੀਟਲ 에어ਪੋਰਟ ਰੋਡ ਤੇ ਆ ਉਹਨੇ 1875 ਕੇਸ ਫਾਇਲ ਕੀਤੇ ਆ 1350 ਪਾਸ ਹੋ ਗਿਆ 525 ਜਿਹੜੇ ਆ ਰਿਜੈਕਟ ਜਿਹੜੇ ਰਿਜੈਕਟ ਹੋਇਆ ਕਿਉਂ ਹੋਇਆ ਜਾਂਚ ਦਾ ਵਿਸ਼ਾ ਜਿਹੜੇ ਪਾਸ ਹੋਏ ਕਿਉਂ ਸਹੀ ਹੋਇਆ ਮੇਰੀ ਪਾਰਟੀ ਦੀ ਇਹੋ ਮੰਗ ਹੈ ਵੀ ਇਹਨਾਂ ਦੀ ਜਿਹੜੀ ਜਾਂਚ ਕੀਤੀ ਜਾਏ ਔਰ ਦੂਜਾ ਆਰਟੀਆਈ ਦੀ ਮੇਰੀ ਫਸਟ ਐਪਲੀਕੇਸ਼ਨ ਅਥਾਰਟੀ ਨੂੰ ਚਲੇ ਗਈ ਆ ਜਾਣਕਾਰੀ ਬਾਕੀ ਦੀ ਜਾਣਕਾਰੀ ਜਦੋਂ ਮਿਲੇਗੀ ਫਿਰ ਮੈਂ ਤੁਹਾਨੂੰ ਸਾਂਝਾ ਕਰਾਂਗਾ ਔਰ ਇਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਪਣ ਕਰਾਂਗਾ ਕਿੰਨੇ ਪੈਸੇ ਗਏ ਆ ਔਰ ਕਿੰਨੇ ਪੈਸੇ ਨੂੰ ਭੁਗਤਾਨ ਹੋ ਚੁੱਕੇ ਆ ਕਿੰਨੇ ਵਾਲੀ ਪੈਂਡਿੰਗ ਬਏ ਆ ਔਰ ਇਹਦੇ ਵਿੱਚ ਉਹਨਾਂ ਦੀ ਤਫਸੀਲ ਵੀ ਮੰਗੀ ਗਈ ਹੈ ਕਿੰਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਇਲਾਜ ਕੀਤਾ ਗਿਆ ਉਹ ਕਾਰ ਧਾਰਕਾਂ ਦੇ ਨੰਬਰ ਵਗੈਰਾ ਬ੍ਰਾਸ ਦਿੱਤੇ ਜਾਣ ਫਿਰ ਤੁਹਾਨੂੰ ਪੂਰਾ ਖਲਾਸਾ ਰੱਖ ਦੇਣਾ ਆ ਦੇਖਿਆ ਜਾਇ ਕਿਈ ਹਸਪਤਾਲ ਜਿਹੜੇ ਨੇ ਉਹ ਕਾਰ ਧਾਰਕਾਂ ਨੂੰ ਇਲਾਜ ਕਰਨ ਤੋਂ ਮਨਾਹੀ ਕਰਦੇ ਨੇ ਰਿਫਿਊਜ਼ ਕਰਦੇ ਨੇ ਕਾਰ ਉਹਦੇ ਬਾਰੇ ਸਰ ਮੇਰੀ ਨੌਲੇਜ ਇਹ ਆ ਕਿ ਕਾਰ ਧਾਰਕਾਂ ਨੂੰ ਇਹ ਲੱਭ ਦੇ ਸਕੋ ਆ ਇਹਨਾਂ ਨੇ ਆਪਣੇ ਏਜੰਟ ਛੱਡੇ ਹੁੰਦੇ ਜੋ ਮੇਰੀ ਨੋਲੋਜ ਚ ਆ ਏਜੰਟ ਛੱਡੇ ਇਹਦੇ ਵਿੱਚ ਪਿਛਲਾ ਵੀ ਘਟਰਾ ਜਣਾ ਏ ਉਹ ਏਜੰਟ ਛੱਡੇ ਉਹ ਬੀਜਾਂ ਕੋ ਕਾਰ ਲਿਆਉਂਦੇ ਆ ਉਹਨਾਂ ਕੋਲ ਕਾਰ ਲਿਆ ਆ ਕੇ ਉਹਨਾਂ ਨੂੰ ਬੀਜਾਂ ਨੂੰ ਹਸਪਤਾਲ ਚ ਦਾਖਲ ਵਿਖਾਇਆ ਜਾਂਦਾ ਜਦੋਂ ਕਿ ਉਹ ਘਰਾਂ ਚ ਰਮਾਨ ਕਰਦਾ ਜਾਂ ਕਿਸੇ ਨੂੰ ਥੋੜਾ ਬੁਤਾ ਰੋਗ ਹੋਏਗਾ ਉਹਦਾ ਇੱਕ ਦੋ ਦਿਨ ਕਰਦਾ ਲੇਕਿਨ ਉਹਦਾ ਲੰਮਾ ਪੀੜ ਵਿਖਾ ਦਿੰਦੇ ਆ ਵੀ ਇਸ ਤਰ੍ਹਾਂ ਦੇ ਆ ਇਹਦੇ ਵਿੱਚ ਬਹੁਤ ਘਪਲੇ ਭਾਈ ਲੇਕਿਨ ਮੈਂ ਹਾਲੀ ਤੱਥਾਂ ਤੋਂ ਬਗੈਰ ਨਹੀਂ ਗੱਲ ਕਰਾਂਗਾ ਪੂਰੇ ਤੱਥਾਂ ਨਾਲ ਕੇ ਫਿਰ ਸਬੂਤਾਂ ਦੇ ਤੋਰ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਕੋਈ ਸਬੂਤਾਂ ਦੇ ਆਧਾਰ ਤੇ ਗੱਲਬਾਤ ਕਰਨਗੇ ਕੋਈ ਇਹ ਸੰਤ सुरेश ਸ਼ਰਮਾ ਜਿਹੜੇ ਪੰਜਾਬ ਇਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਮੀ ਨੇ ਔਰ ਉਹਨਾਂ ਵੱਲੋਂ ਇੱਕ ਵੱਡੇ ਘਟਾਲੇ ਦੀ ਜਿਹੜੀ ਉਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਇਹ ਤੰਦਾਜ਼ੀ ਇਹ ਪਹਿਲਾਂ ईसीएचएस ਦੇ ਤਹਿਤ ਘਟਾਲਾ ਸਾਹਮਣੇ ਆਇਆ ਸੀ ਤਾਂ ਹੁਣ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਵੱਡਾ ਘਟਾਲਾ ਜਿਹੜਾ ਸਾਹਮਣੇ ਆ ਰਿਹਾ ਔਰ ਇਹਨਾਂ ਵੱਲੋਂ ਇਹ ਮੰਗ ਕੀਤੀ ਗਈ ਵੀ ਜਿਹੜੇ ਵੀ ਹਸਪਤਲ ਔਰ ਜਿਹੜੇ ਵੀ ਕੁਝ ਅਧਿਕਾਰੀ ਇਸ ਵਿੱਚ ਜ਼ਿੰਮੇਵਾਰ ਨੇ ਉਹ ਜਲਦੀ ਹੀ ਉਹਨਾਂ ਅਧਿਕਾਰੀਆਂ ਦਾ ਵੀ ਪਰਦਾ ਫਾਸ਼ ਕਰਨਗੇ ਔਰ ਇਸ ਸਬੰਧ ਵਿੱਚ ਜਿਹੜੇ ਵੀ ਚੂਨਾ ਲਗਾਇਆ ਜਾ ਰਿਹਾ ਸਰਕਾਰ ਨੂੰ ਉਸ ਸਬੰਧ ਵਿੱਚ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਜਿਨ੍ਹਾਂ ਵੀ ਸਬੰਧਿਤ આરોપી ਨੇ ਜਾਂ ਹਸਪਤਲ ਨੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਕਮਾ ਪਰਸਨ ਮੁਕੇਸ਼ ਬਾਵਾ ਨਾ ਸਿਕੰਦਰ ਪਸੀਚਾ ਦੈਨਿਸਵਰਾ ਟੀਵੀ अमृतसर ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक ऐना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8437494647 8437494648